ਆਪਾਂ ਆਪਣੇ ਗਮ ਭੁਲਾਉਣ ਵਾਸਤੇ ਦਾਰੂ ਪੀਂਦੇ ਹਾਂ। ਲੋਕਾਂ ਦੀ ਮਾਨਸਿਕਤਾ ਇੰਨੀ ਕੁ ਜ਼ਿਆਦਾ ਗਿਰ ਚੁੱਕੀ ਆ ਕਿ ਕੁਝ ਕੁ ਪੈਸਿਆਂ ਦੀ ਖਾਤਰ ਕਈ ਵਾਰ ਅਸੀਂ ਆਪਣੇ ਧਰਮ ਦੀ ਆੜ 'ਚ ਇਹੋ ਜਿਹੇ ਕੰਮ ਕਰਦੇ ਹਾਂ ਜਿਹੜੇ ਸਾਡੇ ਧਰਮ ਅਤੇ ਕੌਮ ਨੂੰ ਦੂਸਰੇ ਲੋਕਾਂ 'ਚ ਸ਼ਰਮਸ਼ਾਰ ਕਰ ਦਿੰਦੇ ਆ। ਇਸ ਤਰ੍ਹਾਂ ਦੀਆਂ ਉਦਾਹਰਨਾਂ ਤੁਹਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਦੇਖਣ ਨੂੰ ਮਿਲਦੀਆਂ ਹੋਣਗੀਆਂ। ਇੱਕ ਔਰਤ ਦੀ ਵੀਡੀਓ ਪਿਛਲੇ ਕਾਫ਼ੀ ਦਿਨਾਂ ਤੋਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ, ਜਿਹੜੀ ਕਿ ਕੁਝ ਕੁ ਵਿਊ ਲੈਣ ਦੇ ਲਈ ਹਰ ਰੋਜ਼ ਹੱਥ 'ਚ ਗੁਟਕਾ ਸਾਹਿਬ ਫੜ ਕੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਜਾਂਦੀ ਆ। ਤਾਂ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ, ਬਾਅਦ 'ਚ ਆਪਾਂ ਇਸ ਦੇ ਬਾਰੇ ਗੱਲ ਕਰਦੇ ਹਾਂ। ਇਸ ਦੇ ਮੇਕਅਪ ਤੋਂ ਤੇ ਕੱਪੜੇ ਪਾਉਣ ਦੇ ਢੰਗ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਸਿਰਫ ਵਿਊ ਲੈਣ ਦੇ ਲਈ ਹੱਥ 'ਚ ਗੁਟਕਾ ਸਾਹਿਬ ਫੜ ਕੇ ਦਿਖਾਵਾ ਕਰ ਰਹੀ ਆ। ਇਸ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਹੜੀਆਂ ਤੁਸੀਂ ਅੱਗੇ ਦੇਖ ਸਕਦੇ ਹੋ। ਸਾਡੇ ਨਾਲ ਬੀਤੀਆਂ ਹੁੰਦੀਆਂ ਨੇ ਉਹ ਸਾਨੂੰ ਯਾਦ ਨਾ ਆਉਣ, ਉਸ ਕਰਕੇ ਦਾਰੂ ਪੀਂਦੇ ਹਾਂ, ਜਾਂ ਸਾਡੇ ਕੋਲ ਕੋਈ ਨਹੀਂ ਹੁੰਦਾ ਤੇ ਆਪਾਂ ਉਸ ਕਰਕੇ ਦਾਰੂ ਪੀਂਦੇ ਹਾਂ। ਇਹ ਸ਼ਾਇਦ ਸਾਨੂੰ ਕੋਈ ਖੁਸ਼ੀ ਦੇ ਦੇ, ਮਗਰ ਦਾਰੂ ਇੰਨੀ ਕਮਬਖਤ ਹੈ ਨਾ, ਕਦੀ ਕਦੀ ਸੈਡ ਇਫੈਕਟ ਕਰ ਜਾਂਦੀ ਹੈ। ਖੁਸ਼ ਹੋਣ ਦੀ ਬਜਾਏ ਇਹ ਗਮ ਦਾ ਰੂਪ ਧਾਰਨ ਕਰ ਲੈਂਦੀ ਹੈ, ਜੋ ਬੜੀ ਬੁਰੀ ਚੀਜ਼ ਹੈ ਤੇ ਮੇਰੇ ਨਾਲ ਕਈ ਵਾਰੀ ਹੋ ਜਾਂਦੀ ਹੈ। ਤਾਂ ਦੋਸਤੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹ ਔਰਤ ਪੰਜਾਬੀਆਂ ਨੂੰ ਪੂਰੀ ਦੁਨੀਆ 'ਚ ਸ਼ਰਮਸ਼ਾਰ ਕਰ ਰਹੀ ਆ। ਇਹ ਔਰਤ ਬੈਲਜੀਅਮ ਦੀ ਦੱਸੀ ਜਾ ਰਹੀ ਆ। ਇਸ ਔਰਤ ਦੀਆਂ ਇਹਨਾਂ ਸਭ ਹਰਕਤਾਂ ਨੇ ਇੱਕ ਵਾਰ ਫਿਰ ਸਿੱਖਾਂ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਤੁਹਾਡੇ ਇਸ ਔਰਤ ਬਾਰੇ ਕੀ ਵਿਚਾਰ ਨੇ, ਆਪਣੀ ਰਾਏ ਕਮੈਂਟਾਂ 'ਚ ਜ਼ਰੂਰ ਦਿਓ।